ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਾਲੀ ਬਿੱਲਾਂ ਦਾ ਘੁਟਾਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਜੀ ਹਾਂ ਪੰਜਾਬੀ ਯੂਨੀਵਰਸਿਟੀ ਜਿੱਤੇ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਨੇ ਔਰ ਦੇਸ਼ ਦਾ ਭਵਿੱਖ ਉੱਥੋਂ ਬਣ ਕੇ ਤਿਆਰ ਹੋ ਕੇ ਅੱਗੇ ਨਿਕਲ ਜਾਂਦਾ ਸੋ ਉਹ ਸਾਰਾ ਨੌਜਵਾਨ ਤਬਕਾ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਹੈ ਉੱਥੋਂ ਦੀ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਾਲੀ ਬਿੱਲਾਂ ਦਾ ਜਿਹੜਾ ਇੱਕ ਬਹੁਤ ਵੱਡਾ ਕ੍ਰਪਸ਼ਨ ਹੋਈ ਹੈ ਇੱਕ ਬੜਾ ਵੱਡਾ ਭ੍ਰਸ਼ਟਾਚਾਰ ਹੋਇਆ ਜਾਲੀ ਬਿੱਲਾਂ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਈਡੀ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜੜੀ ਹੈ ਪਹੁੰਚ ਹੋ ਚੁੱਕੀ ਹੈ ਈਡੀ ਨੇ ਵੀ ਸਾਰੇ ਮੁਲਾਜ਼ਮਾਂ ਦੇ ਵੇਰਵੇ ਮੰਗ ਲਏ ਨੇ ਜਿੰਨੇ ਵੀ ਮੁਲਾਜ਼ਮ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੇ ਵੇਰਵੇ ਇਸ ਵੇਲੇ ਈਡੀ ਨੇ ਮੰਗ ਲਏ ਨੇ ਤੁਹਾਨੂੰ ਦੱਸ ਦਈਏ ਕਿ ਇਹਦੇ ਨਾਲ ਹੀ ਨਾਲ ਸੱਤ ਫਰਜ਼ੀ ਬਿੱਲਾਂ ਦੇ ਰਾਹੀਂ ਦੱਸਿਆ ਗਿਆ ਹੈ ਕਿ ਸੱਤ ਫਰਜ਼ੀ ਬਿੱਲ ਤਿਆਰ ਕੀਤੇ ਗਏ ਸਨ ਜਿਨ੍ਹਾਂ ਦੇ ਰਾਹੀਂ 6.5 ਲੱਖ ਰੁਪਏ ਤੱਕ ਦੀ ਹੇਰਾਫੇਰੀ ਕੀਤੀ ਗਈ ਹੈ ਯਾਨੀ ਕਿ ਇਹਦੇ 7 ਬਿੱਲ ਸਨ ਜਿਨ੍ਹਾਂ ਦੇ ਵਿੱਚ ਹੇਰਾਫੇਰੀ ਹੋਈ ਹੈ ਤੇ ਹੇਰਾਫੇਰੀ ਦਾ ਜਿਹੜਾ ਅਮਾਊਂਟ ਦੱਸਿਆ ਜਾ ਰਿਹਾ ਉਹ 6.5 ਲੱਖ ਦਾ ਅਮਾਊਂਟ ਦੱਸਿਆ ਜਾ ਰਿਹਾ ਹਾਲਾਂਕਿ ਈਡੀ ਦੇ ਵੱਲੋਂ ਹੁਣ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਮੀਦ ਹੈ ਕਿ ਇਸ ਕਾਰਵਾਈ ਨੇ ਜਦੋਂ ਈਡੀ ਸਿਰ ਚਾੜੇਗੀ ਤਾਂ ਕੋਈ ਨਾ ਕੋਈ ਹੋਰ ਵੱਡੀ ਖਬਰ ਵੀ ਇਹਦੇ ਵਿੱਚ ਸਾਨੂੰ ਮਿਲ ਸਕਦੀ ਹੈ ਯਾਨੀ ਕਿ ਪਤਾ ਲੱਗ ਸਕਦਾ ਹੈ ਕਿ ਇਹ ਹੇਰਾਫੇਰੀ ਕਿਉਂ ਹੋਈ ਹੈ ਕਿਹੜੇ ਕਾਰਨਾ ਕਾਰਨ ਹੋਈ ਹੈ ਤੇ ਇਹ ਪੈਸਾ ਕਿੱਥੇ ਲਗਾਇਆ ਗਿਆ ਇਸ ਤੋਂ ਇਲਾਵਾ ਇਹ ਅਮਾਊਂਟ ਐਨਆਈ ਹੈ ਜਾਂ ਇਹ ਅਮਾਉਂਟ ਆ ਵਧਦਾ ਵੀ ਹੈ ਇਹ ਵੀ ਈਡੀ ਦੀ ਕਾਰਗੁਜ਼ਾਰੀ ਤੋਂ ਬਾਅਦ ਪਤਾ ਲੱਗੇਗਾ ਪਰ ਤੁਹਾਨੂੰ ਦੱਸ ਦੇ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਕਿ ਸਿੱਖਿਆ ਦਾ ਦਾਰਾ ਮੰਨਿਆ ਜਾਂਦਾ ਔਰ ਇਥੋਂ ਦੇਸ਼ ਦਾ ਭਵਿੱਖ ਨਿਕਲ ਕੇ ਅੱਗੇ ਜਾਂਦਾ ਉੱਥੋਂ ਦੀ ਖਬਰ ਆਈ ਹੈ ਕਿ ਉੱਥੇ ਜਾਲੀ ਬਿੱਲਾਂ ਦੀ ਵੱਡੀ ਹੇਰਾਫੇਰੀ ਕੀਤੀ ਗਈ ਹੈ ਹਾਲਾਂਕਿ ਈਡੀ ਦੇ ਵੱਲੋਂ ਸਾਰੇ ਮੁਲਾਜ਼ਮਾਂ ਦੇ ਵੇਰਵੇ ਮੰਗ ਲਏ ਗਏ ਨੇ